ਚੜਾਪਦੀਆਂ ਤਸਵੀਰਾਂ ਫਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰਾ ਸਾਹਿਬ ਦੀਆਂ ਨੇ। ਚੜਾਪੇ ਨਹੀਂ ਵੱਧ ਗਈ ਕਿ ਚੜਾਪੇ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਸ਼ਸਤਰਾਂ ਨੂੰ ਹੀ ਹਮਲੇ ਦੇ ਲਈ ਚੁੱਕ ਲਿਆ। ਇਸ ਘਟਨਾ ਵੇਲੇ ਧਾਰਮਿਕ ਸਮਾਗਮ ਚੱਲ ਰਿਹਾ ਸੀ, ਜਿਸ ਦੇ ਅੰਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਬਹਿਸ ਹੋਈ ਤੇ ਇਹ ਬਹਿਸ ਹਿੰਸਾ ਤੱਕ ਪਹੁੰਚ ਗਈ। ਇਸ ਘਟਨਾ ਦੇ ਵਿੱਚ ਇੱਕ ਮਹਿਲਾ ਤੇ ਉਸ ਦੇ ਪਤੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ। ਫਰੀਦਕੋਟ ਪੁਲਿਸ ਨੇ ਇਸ ਸੰਬੰਧੀ 9 ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਨਿਸ਼ਾਨ ਸਾਹਿਬ ਦੇ ਵਿੱਚ ਮੈਂ ਖੜੀ ਹਾਂ, ਜਿੱਥੇ ਕਿ ਜਦੋਂ ਇਹ ਗੁਰਦੁਆਰਾ ਸਾਹਿਬ ਬਣਨਾ ਸ਼ੁਰੂ ਹੋਇਆ ਸੀ ਉੱਥੇ ਮੈਨੂੰ ਵੀ ਸੁਭਾਗ ਪ੍ਰਾਪਤ ਹੋਇਆ ਸੀ ਕਿ ਮੈਂ ਇਸ ਦੀ ਸੇਵਾ ਕਰ ਸਕਾਂ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵੀ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸੀ ਅਸੀਂ ਸੇਵਾ ਕੀਤੀ ਸੀਗੀ। ਪਰ ਜੋ ਕੁਛ ਵੀ ਅੱਜ ਹੋਇਆ, ਮੈਂ ਤਾਂ ਵੀਡੀਓ ਰਾਹੀਂ ਪਤਾ ਲੱਗਿਆ, ਔਰ ਵੀਡੀਓ ਦੇਖ ਕੇ ਹੀ ਮੈਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਹਾਂ ਕਿ ਵੀ ਇਹ ਸਾਰੀ ਪ੍ਰਧਾਨ ਜੀ ਨਾਲ ਗੱਲ ਹੋਈ ਹੈ। ਇਹ ਸਿਰਫ ਝਗੜਾ ਜਿਹੜਾ ਹੈਗਾ ਤਾਂ ਸਿਰਫ ਪ੍ਰਧਾਨਗੀ ਨੂੰ ਲੈ ਕੇ ਹੈ, ਪਰ ਮੰਦਭਾਗੀ ਪਹਿਲਾਂ ਤਾਂ ਮੈਂ ਸਭ ਤੋਂ ਨਿੰਦਾ ਕਰਦੀ ਹਾਂ ਇਸ ਗੱਲ ਦੀ ਕਿ ਗੁਰੂ ਸਾਹਿਬ ਦਾ ਜਿੱਥੇ ਪ੍ਰਕਾਸ਼ ਹੋਇਆ ਹੋਏ, ਜਿੱਥੇ ਸੰਗਤ ਜਿਹੜੀ ਹੈ ਉਹ ਸਾਰੀ ਸੱਜੀ ਹੋਏ, ਔਰ ਪ੍ਰਸ਼ਾਦ ਜਿਹੜਾ ਵਰਤਾਇਆ ਜਾਣਾ ਸੀ ਉੱਥੇ ਗੁਰੂ ਘਰ ਦੇ ਵਿੱਚ ਹੀ ਇਹ ਜਿਹੜਾ ਸਾਰਾ ਕੁਛ ਹੋਇਆ, ਔਰ ਜਿਹੜੇ ਸ਼ਸਤਰ ਗੁਰੂ ਦੇ ਸ਼ਸਤਰ ਜਿਹੜੇ ਸੀ ਬਾਬਾ ਜੀ ਦੇ ਪ੍ਰਕਾਸ਼ ਭੀੜ ਦੇ ਸਾਹਮਣੇ ਪਏ ਹੋਏ ਸੀ, ਉਹੀ ਸ਼ਸਤਰ ਚੁੱਕ ਕੇ ਦੂਜੇ ਮੌਜੂਦਾ ਪ੍ਰਧਾਨ ਦੇ ਉੱਤੇ ਵਰਤਣੇ, ਤਾਂ ਇਹ ਮੇਰਾ ਖਿਆਲ ਹੈ ਬਹੁਤ ਹੀ ਸਿਰ ਨੀਵਾਂ ਕਰਨ ਵਾਲੀ ਜਿਹੜੀ ਹੈਗੀ ਇਹ ਘਟਨਾ ਹੈ। ਇਹ ਹੁੱਲੜਬਾਜ਼ ਬੰਦਾ ਜਿਹੜਾ ਹਰਬੰਸ ਸਿੰਘ ਭਾਊ ਆ, ਇਹਦੇ ਨਾਲ 7-8 ਬੰਦੇ ਆ, ਇੱਕ ਠਾਣਾ ਸਿੰਘ ਆ, ਇਹ ਤੇ 50,000 ਦਾ ਇੱਕ ਕੇਸ ਪਹਿਲਾਂ ਵੀ ਅਦਾਲਤ ਦੇ ਵਿੱਚ ਚੱਲਦਾ। ਗੁਰਦੁਆਰਾ ਸਾਹਿਬ ਨਾਲ ਆਪਣਾ ਕਿਉਂ ਹੈ ਰਿਲੇਟਡ? ਮੈਂ ਤੁਹਾਨੂੰ ਉੱਥੇ ਗੱਲ ਲਿਆਉਣਾ ਜੀ, ਇਹ 50,000 ਦਾ ਇਹਨੇ ਕਬਲਾ ਕੀਤਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਸੰਗਤਾਂ ਦੇ ਵਿੱਚ ਮੰਨ ਕੇ ਉਹਨੇ ਦੇ ਦਿੱਤਾ ਸੀ। ਅੱਜ ਉਹ ਕਹਿੰਦਾ ਮੈਂ ਇੱਥੋਂ ਝੂਠਾ ਫਗਰਾਇਆ, ਉਹਨੇ ਕੇਸ ਕੀਤਾ। ਉਹ ਤੋਂ ਬਾਅਦ 'ਚ ਇੱਕ ਡੁਪਲੀਕੇਟ ਕਮੇਟੀ ਕਰਕੇ ਆਪਦੀ, ਅਤੇ ਉਹ ਪ੍ਰਧਾਨ ਬਣਨਾ ਚਾਹੁੰਦਾ ਸੀਗਾ, ਜ਼ਬਰਦਸਤੀ ਵੀ ਮੇਰੇ ਕਮੇਟੀ ਮੇਰੀ ਡਾਇਰੈਕਟਰ ਅਤੇ ਮੈਂ ਪ੍ਰਧਾਨ ਹਾਂ, ਹਾਲਾਂਕਿ ਸੰਗਤਾਂ ਨੇ ਸਾਨੂੰ ਸੇਵਾ ਦਿੱਤੀ ਹੋਈ ਹੈ ਜਿਹੜੀ ਪਿਛਲੇ 3 ਸਾਲਾਂ ਤੋਂ। ਉਹਦੇ ਰਾਹੀਂ ਇਹ ਵਿੱਚ ਵੜਨਾ ਚਾਹੁੰਦਾ, ਬੈਕ ਸਾਈਡ ਆਣ ਕੇ ਅਦਾਲਤ ਦੇ ਰਾਹੀਂ, ਅਦਾਲਤ ਨੇ ਅਦਾਲਤ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ, ਪਰ ਇਹਨਾਂ ਨੇ ਜਦੋਂ 3 ਸਾਲ ਹੋ ਗਏ ਸੀ ਬਹੁਤ ਮਿੱਠੇ ਪਿਆਰੇ ਉਹ ਕਹਿੰਦੇ ਚੱਲਦੇ ਰਹੇ ਸਾਡਾ ਸਮਾਂ ਜਿਹੜਾ 5-7 ਸਾਲ ਦਾ ਸਾਡਾ ਲੰਘ ਜਾਵੇ, ਪਰ ਅੱਜ ਇਹਨਾਂ ਨੇ ਲਾਸਟ ਹੀ ਕਰਤੀ, ਧਾ ਕੇ ਮਿਣ ਕੇ ਫੋਨ ਕਰਕੇ ਇੱਕ ਦੂਜੇ ਨੂੰ, ਇੱਥੇ 8-10 ਬੰਦੇ ਆਏ ਆ, ਆਣ ਕੇ ਜਦੋਂ ਮੈਂ ਸੰਗਤਾਂ ਨੂੰ ਸੰਬੋਧਨ ਕੀਤਾ ਵੀ ਆਪਾਂ ਬਾਬਾ ਫਰੀਦ ਦਾ ਜਿਹੜਾ ਆਗਮਨ ਪੁਰਬ ਮਨਾਉਣਾ, ਅਤੇ SB ਸਾਹਿਬ ਦੇ ਜਿਹੜੇ ਹੁਕਮ ਆ ਕਿ ਵੀ ਕੋਈ ਵੀ ਲੰਗਰ ਲਾਉਣਾ ਅਤੇ ਕਮੇਟੀ ਦੇ ਧਿਆਨ 'ਚ ਲਿਆ ਕੇ ਦਿੱਤਾ ਜਾਵੇ ਤਾਂ ਕਿ ਆਪਣੀ ਸਫਾਈ ਵੀ ਰਹਿ ਸਕੇ, ਮੈਂ ਇਹਨਾਂ ਗੱਲਾਂ ਕਰਕੇ ਸੰਬੋਧਨ ਸੰਤਾਂ ਨੂੰ ਬੈਠ ਗਿਆ ਸੀਗਾ, ਨਾਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਬਾਰੇ ਕੁਛ ਜਾਣਕਾਰੀ ਦੇ ਕੇ ਜਿਹੜਾ ਆਉਣ ਵਾਲੇ ਸਮੇਂ 'ਚ ਆਉਣਾ, ਅਸੀਂ ਪ੍ਰਭਾਤ ਫੇਰੀਆਂ ਕਰਦੇ ਹੁੰਦੇ ਹਾਂ, ਅਤੇ ਉਹਦੇ ਵਿੱਚ ਲੈ ਗਿਆ ਜਦੋਂ ਮੈਂ ਬਹਿ ਗਿਆ ਜਾ ਕੇ ਠਾਣਾ ਸਿੰਘ ਮੇਰੇ ਸਿਰ 'ਤੇ ਖੜ ਕੇ ਜਾ ਕੇ ਕਹਿੰਦਾ ਤੂੰ ਮੇਰੇ ਬਾਰੇ ਬੋਲ ਕੁਛ, ਮੈਂ ਕਿਹਾ ਤੇਰੇ ਬਾਰੇ ਮੈਂ ਕੀ ਬੋਲਾਂ, ਮੇਰੇ ਬਾਰੇ ਬੋਲ ਦੂਗਾ, ਮੈਂ ਕਿਹਾ ਨਹੀਂ ਬੋਲਦਾ। ਉਦੋਂ ਉਹਦੇ ਪਿੱਛੇ ਬੰਸਾ ਭਾਊ ਗਿਆ, ਪਿੱਛੇ ਜਗਿੰਦਰ ਆ ਗਿਆ, ਬੰਸੇ ਭਾਊ ਦੇ ਇੱਥੇ ਪਤਾ ਨਹੀਂ ਕੋਈ ਕੈਰ 'ਚ ਸੀ ਜਾਂ ਉਹਦਾ ਮੁੰਡਾ ਪੁਲਿਸ 'ਚ, ਉਹਨੇ ਦਿੱਤੀ ਉਹ ਸਰਕਾਰੀ ਜੀ ਇੱਕ ਚੀਜ਼, ਉਹ ਕੱਢ ਕੇ ਮੇਰੇ ਮਾਰਨ ਲੱਗਾ, ਪਿੱਛੋਂ ਸੰਗਤ ਆ ਗਈ ਪੈ ਗਈ, ਉਹਨਾਂ ਨੇ ਫੜ ਲਈ, ਮੁੜ ਕੇ ਇਹਨਾਂ ਨੇ ਜਾ ਕੇ ਜਿਹੜੇ ਸ਼ਸਤਰ ਆ ਗੁਰਦੁਆਰਾ ਸਾਹਿਬ ਦੇ ਮੂਹਰੇ ਬਿਰਾਜਮਾਨ ਕੀਤੇ ਹੋਏ ਸੀ, ਜਿਹੜੇ ਸਾਰੇ ਸੰਤ ਸਜਾਏ ਹੋਏ ਸੀਗੇ, ਉਹ ਸ਼ਸਤਰਾਂ ਨੂੰ ਪੈ ਕੇ ਸ਼ਸਤਰ ਚੱਕ ਕੇ ਮਾਰਨ ਲੱਗੇ ਮੇਰੇ ਸੰਗਤਾਂ ਨੇ, ਕਿਸੇ ਨੇ ਬਾਹਾਂ ਫੜ ਕੇ ਕਿਰਪਾਨ ਨੇ, ਮੇਰੇ ਰਿਸ਼ਤੇਦਾਰ ਵੀ ਇੱਥੇ ਬੈਠੇ ਸੀਗੇ ਆਣ ਕੇ, ਇੱਥੇ ਹੀ ਰਹਿੰਦੇ ਹੋ, ਉਹ ਮੇਰੇ ਰਿਸ਼ਤੇਦਾਰ ਜਦੋਂ ਕਿਰਪਾਨ ਮਾਰਨ ਲੱਗਾ ਤਾਂ ਮੇਰੇ ਜਿਹੜੇ ਉਹਦੇ ਘਰ ਵਾਲੀ ਸੀਗੀ ਉਹ ਆ ਗਈ ਵਿੱਚ, ਜਦੋਂ ਉਹ ਫੜ ਲੱਗੀ ਤਾਂ ਉਹਨੇ ਇੱਥੇ ਕਿਰਪਾਨ ਮਾਰੀ ਉਸੇ ਦੇ ਲੜਕੀ ਦੀ, ਨਾਲੇ ਖਿੱਚ ਕੇ ਲੀੜੇ ਲੂੜੇ ਪਾੜ ਗਿਆ ਉਹਦੇ, ਅਤੇ ਮਤਲਬ ਕਾਫੀ ਕੁਛ ਕੀਤਾ, ਸੰਗਤ ਬਹੁਤ ਸਾਰੀ ਵੇਖ ਰਹੀ ਸੀ, ਸਾਰੇ ਸੰਗਤਾਂ ਦੇ ਸਾਹਮਣੇ ਕੈਮਰੇ ਲੱਗੇ ਆ, ਬਹੁਤ ਕੁਛ ਬਣਿਆ ਹੋਇਆ, ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਵੀ ਉਹਨਾਂ ਤੋਂ ਬਣਦੀ ਕਾਰਵਾਈ ਹੋਣੀ ਚਾਹੀਦੀ। ਸ਼ਸਤਰ ਸੀ ਉਹਨਾਂ ਦੇ ਕੋਲ, ਸਾਰਾ ਸਮਾਨ ਸੀ ਪਹਿਲਾਂ ਉਹਨਾਂ ਕੋਲ ਸੀ, ਉਹਨਾਂ ਤੋਂ ਸ਼ਸਤਰ ਉਹਨਾਂ ਨੇ ਵੀ ਚੱਕੇ, ਉਹ ਉਹਨਾਂ ਨੇ ਘੜਤਾ ਉਹਨਾਂ ਨੇ ਕਿਸੇ ਨੇ ਕੀਤੀ ਉਹਨਾਂ ਨੇ, ਉਹਨਾਂ ਨੇ ਤੁਸੀਂ ਆਪ ਵੀਡੀਓ ਦੇ ਵਿੱਚ ਵੇਖੋ, ਜਿਹੜੇ ਉਹਨਾਂ ਕਿਰਪਾਨ ਉਹਦੇ ਭਜਨ ਸਿੰਘ ਦੇ ਹੱਥ 'ਚ, ਉਹ ਮਰੀ ਜਾਂਦਾ ਮੇਰੇ ਇਲਾਕੇ 'ਚ, ਅਤੇ ਆਪਣੇ ਮੈਨੂੰ ਇਹਨਾਂ ਨੇ 3 ਜਣੇ ਥੱਲੇ ਸੁੱਟ ਲਿਆ, ਕਿਹਾ ਮੇਰੇ ਉਹ ਇਲਾਕੇ 'ਚੋਂ ਮੈਂ ਆਪਣੀਆਂ ਸੱਟਾਂ ਲੱਗੀਆਂ ਪਈਆਂ, ਹੁਣ ਐਕਸਰੇ ਕਰਾ ਗਈਆਂ ਜੀ, ਉਹਦੇ 'ਚ ਵੀਡੀਓ 'ਚ ਆਈ ਜਾਂਦਾ ਸਰ, ਉਹ ਵੀ ਆਈ ਜਾਂਦਾ। ਪਰ ਮੈਂ ਇਹ ਗੱਲ ਕਹੂੰਗਾ, ਜਿੰਨੀ ਗੱਲ ਹੋਈ ਆ ਇਹਨਾਂ ਨੇ, ਇਹਨਾਂ ਦੀ ਨਵੇਲੀ ਨਾਲ ਇਹਨਾਂ ਨੇ ਗਲਤੀ ਕੀਤੀ ਆ, ਗਲਤੀ ਬਹੁਤ ਵੱਡੀ ਕੀਤੀ ਆ। ਗੁਰੂ ਘਰ ਜਿਹੜਾ ਸਭ ਦਾ ਸਾਂਝਾ, ਇਹ ਸਾਨੂੰ ਝਗੜੇ ਦਾ ਪਤਾ ਲੱਗਾ ਹੈ, ਸਾਡੇ ਸਿਟੀ ਫਰੀਦਕੋਟ ਦੇ SHO ਸਬ ਇੰਸਪੈਕਟਰ ਅਮਨ ਸੰਦੀਪ ਸਿੰਘ ਇਹ ਮੌਕੇ 'ਤੇ ਤੁਰੰਤ ਪਹੁੰਚੇ ਨੇ, ਅਤੇ ਉੱਥੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ, ਅਤੇ ਉਹਦੇ 'ਚ 2 ਬੰਦੇ ਹਸਪਤਾਲ ਇੱਥੇ ਆਪਣੇ ਦਾਖਲ ਹੋਏ ਸੀ ਲੋਕਲੀ ਫਰੀਦਕੋਟ, ਉਹਨਾਂ 'ਚੋਂ ਇੱਕ ਲੇਡੀ ਹੈਗੇ ਸਨ। ਉਹਨਾਂ ਦੇ ਬਿਆਨਾਂ 'ਤੇ ਅਸੀਂ ਇੱਕ ਪਰਚਾ ਦਰਜ ਕੀਤਾ ਸਿਟੀ ਫਰੀਦਕੋਟ ਥਾਣੇ 'ਚ ਵੱਖ ਵੱਖ ਧਾਰਾਵਾਂ ਦੇ 8-9 ਬੰਦਿਆਂ ਦੇ ਖਿਲਾਫ਼, ਜਿਹਦੇ 'ਚੋਂ SHO ਨੇ ਮੌਕੇ 'ਤੇ ਹੀ ਕਾਰਵਾਈ ਕਰਦੇ ਅਤੇ ਰੇਡ ਕਰਕੇ ਅਤੇ 3 ਬੰਦੇ ਐਪਰੀਹੈਂਡ ਵੀ ਕਰ ਲਿਆ, ਤਾਂ ਬਾਕੀ ਆਪਾਂ ਹੋਰ ਐਪਰੀਹੈਂਡ ਛੇਤੀ ਕਰ ਲਏ। ਮੌਜੂਦਾ ਪ੍ਰਧਾਨ ਨੇ ਸਰਪੰਚ ਨੂੰ, ਉਹਨਾਂ ਨੂੰ ਇਲਜ਼ਾਮ ਲਗਾਇਆ ਜਾ ਰਿਹਾ ਕਿ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਵੱਲੋਂ ਆ ਕੇ ਜਿਹੜਾ ਹਮਲਾ ਕੀਤਾ ਗਿਆ, ਇੱਥੋਂ ਤੱਕ ਕਿ ਜਿਹੜੇ ਗੁਰਦੁਆਰਾ ਸਾਹਿਬ 'ਚ ਜਿਹੜੇ ਸ਼ਸਤਰ ਸਹਿਯੋਗੀ ਸਨ ਉਹ ਵੀ ਚੱਕੀ ਜਿਹੜਾ ਉਹਨਾਂ 'ਤੇ ਹਮਲਾ ਕੀਤਾ ਗਿਆ। ਬਿਲਕੁਲ ਜੀ, ਅਸੀਂ ਉਹ ਵੱਖ ਵੱਖ ਧਾਰਾਂ ਤਾਂ ਹੀ ਲਾਈਆਂ ਨੇ ਕਿ
9 ਬੰਦਿਆਂ ਤੇ 22 ਨੇ ਪਰਚਾ ਦਰਜ। ਫਰੀਦਕੋਟ ਤੋਂ ਬਿਊਰੋ ਰਿਪੋਰਟ ਐਂਡ 7 ਨਿਊਜ਼।